ਹਾਂਜੀ ਸਤਿ ਸ਼੍ਰੀ ਅਕਾਲ ਜੀ ਸਭ ਨੂੰ, ਅਸੀਂ ਤੁਹਾਡੇ ਆਪਣੀ ਬਲਾਸ ਚੋੜੀ ਅਤੇ ਇੱਧਰ ਸਰਵਿਸਮੈਨ ਲੱਗੇ ਹੋਏ ਨੇ, ਚਾਰਜਰ ਠੀਕ ਕਰਨ, ਸਾਡਾ ਚਾਰਜਰ ਚੱਲਣਾ ਬੰਦ ਹੋ ਗਿਆ ਗੱਡੀ, ਅਤੇ ਅੱਜ ਅਸੀਂ ਚੱਲੇ ਹਾਂ ਫੰਕਸ਼ਨ 'ਤੇ ਬਰਨਾਲਾ, ਅਤੇ ਆਹ ਵਾਲੀ ਲਾ ਕੇ ਦੇਖ ਲਿਆ ਨਿਊ ਵਾਲੀ, ਅਤੇ ਇੱਕ ਸਿਸਟਰ ਦੇ ਮੈਸੇਜ ਆ ਰਹੇ ਸੀ, ਮਤਲਬ ਕਿ ਉਹਨਾਂ ਦੇ ਕਾਫੀ ਮੈਸੇਜਿਸ ਆਏ ਨੇ ਅਤੇ ਇੱਕ ਦੋ ਹੋਰ ਵੀ ਆਏ ਨੇ ਕਿ ਤੁਸੀਂ ਆਪਣਾ ਕਿਹੜੇ ਪੈਲਸ 'ਚ ਉਹ ਦੱਸਿਆ ਕਰੋ, ਅਤੇ ਉਹ ਚੀਜ਼ ਸਾਨੂੰ ਯਾਦ ਨਹੀਂ ਰਹਿੰਦੀ ਕਿ ਕਿਉਂਕਿ ਮੈਨੂੰ ਖੁਦ ਨੂੰ ਨਹੀਂ ਪਤਾ ਹੁੰਦਾ, ਮੈਨੂੰ ਅੰਦਰ ਜਾਣ ਤੋਂ ਬਾਅਦ ਹੀ ਪਤਾ ਲੱਗਦਾ ਆਪਾਂ ਪਹੁੰਚ ਗਏ ਹਾਂ, ਤਾਂ ਕਰਕੇ ਨਹੀਂ ਮੈਂ ਰੇਡ ਖਰਾਬ ਹੋ ਗਈ, ਰੇਡ ਖਰਾਬ ਹੋ ਗਈ, ਵੈਰੀ ਗੁੱਡ, ਰੇਡ ਚੇਂਜ ਤਾਂ ਨਹੀਂ ਹੋ ਗਈ ਚਾਂਦੀ, ਨਹੀਂ ਮੇਰੇ ਆਪਣੀ ਮੈਂ ਕਿਆ ਮਿਲੋ ਬੀਟਰ ਹੋ ਇੱਧਰ, ਗੁੱਡ ਮਾਰਨਿੰਗ ਜੀ, ਕੀ ਹਾਲ ਚਾਲ ਨੇ ਸਾਰੇ ਦੇ, ਠੀਕ ਹੋ? ਹਾਂਜੀ ਸਭ ਠੀਕ ਨੇ, ਆਸ ਕਰਦਾ ਠੀਕ ਠਾਕ ਹੋਵੇ, ਮੈਂ ਦੱਸਦਾ ਸਾਰੇ ਠੀਕ ਨੇ, ਮੈਨੂੰ ਪਤਾ ਸਾਰਿਆਂ ਦਾ, ਤੇ ਉਹ ਮੈਗੀ ਮੂਵੀ ਜਿਹੜੀ ਬਾਹਰ ਡੇਗ ਹੋਏ ਸਵੇਰੇ ਸਵੇਰੇ ਦਰਸ਼ਨ ਹੋ ਗਏ, ਨੋ ਵੇ ਪਾਗਲਾ ਤੂੰ, ਉਹ ਬਹੁਤ ਕੰਮ ਦੀ ਚੀਜ਼ ਆ, ਤੈਨੂੰ ਤੇ ਇਹਨੂੰ ਬੀਤ ਨੂੰ ਦੋਨਾਂ ਨੂੰ ਬਾਅਦ ਛੱਡ ਦੂੰਗੀ, ਰਾਤੀ ਲੈ ਕੇ ਆਏ ਸੀ ਉਹ ਮੇਰੀ ਫੇਵਰੇਟ ਆ, ਇਹਨਾਂ ਨੂੰ ਮੇਰੀ ਮੈਗੀ ਨੂੰ ਡੇਗਣ ਨੂੰ ਕਹਿ ਰਿਹਾ ਇਹ ਬੰਦਾ, ਕਹਿੰਦਾ ਡੇਗਦਾ ਵੀਰੇ, ਵਾਹ ਬੜੀ ਟੀਮ ਬਣਾਈ ਆ ਵੀਰੇ ਨਾਲ, ਤੇ ਕੀ ਕਹਿ ਰਹੇ ਸੀ, ਕੱਲ ਦਾ ਵਲੌਗ ਤੁਸੀਂ ਦੇਖਿਆ ਹੋਣਾ, ਮਤਲਬ ਕਿ ਬਹੁਤ ਹੀ ਘੱਟ ਵਲੌਗ ਬਣਾਇਆ ਕਿਉਂਕਿ ਵਲੌਗ ਬਣਾਉਣ ਦਾ ਮੂਡ ਨਹੀਂ ਸੀਗਾ ਮੇਰਾ ਥੋੜ੍ਹਾ, ਮੈਂ ਦੱਸਿਆ ਵੀ ਆ ਵਲੌਗ ਦੇ ਵਿੱਚ ਕਿ ਵੀ ਮੇਰਾ ਕਿਉਂ ਮੂਡ ਖਰਾਬ ਆ, ਕਿਉਂ ਨਹੀਂ ਅਸੀਂ ਵਲੌਗ ਬਣਾਇਆ, ਅਤੇ ਹੁਣ ਚੱਲਿਆ ਫੰਕਸ਼ਨ 'ਤੇ, ਜਾਂਦੇ ਹਾਂ ਦੇਖਦੇ ਹਾਂ ਕਿੱਦਾਂ ਦਾ ਦਿਨ ਰਹੂਗਾ ਸਾਡਾ, ਉਦੋਂ ਤੱਕ ਤੁਸੀਂ ਚੈਨਲ ਨੂੰ ਲਾਈਕ ਕਰੋ, ਸ਼ੇਅਰ ਕਰੋ, ਸਬਸਕ੍ਰਾਈਬ ਕਰੋ, ਹੁਣ ਬੋਲੇ ਦੁਬਾਰੇ ਸਾਰੇ ਆਏ ਹੋ ਪੂਰੇ, ਠੀਕ ਹੈ ਪੂਰੇ ਆਏ ਹੋ ਸਾਰੇ, ਕੋਈ ਬੰਦਾ ਘਟਿਆ ਤਾਂ ਨਹੀਂ, ਕੱਲ ਆ ਕੇ ਨਹੀਂ ਫਿਰਦਾ ਨਾ ਕੱਲ, ਹਾਂਜੀ ਪਹੁੰਚ ਗਿਆ ਆਪਾਂ ਆਪਣੀ ਲੋਕੇਸ਼ਨ ਤੇ, ਤੇ ਇਹ ਬੰਦਾ ਨਾ, ਇਹ ਜਿਹੜਾ ਬੰਦਾ ਖੜਦਾ ਇਹ ਸਾਨੂੰ ਬਹੁਤ ਔਖਾ ਕਰਦਾ, ਇੰਨਾ ਔਖਾ ਕਰਦਾ ਨਾ ਇਹ ਸਾਨੂੰ, ਅੱਜ ਅਸੀਂ ਅੱਧਾ ਪੌਣਾ ਘੰਟਾ ਪੈਲਸ 'ਚ ਪਹਿਲਾਂ ਆ ਗਏ, ਅੱਜ ਨਹੀਂ ਅਸੀਂ ਡੇਲੀ ਹੀ ਪਹਿਲਾਂ ਆਉਂਦੇ ਹਾਂ, ਲੋਕ ਸਾਨੂੰ ਕਹਿਣਗੇ ਕਿ ਬਈ ਇਹ ਵਿਹਲੇ ਹੀ ਫਿਰਦੇ ਆ, ਇਹਨਾਂ ਨੂੰ ਕੋਈ ਘਰੇ ਪੁੱਛਦਾ ਨਹੀਂ, ਇੰਨੀ ਛੇਤੀ ਲਿਆ ਕੇ, ਹਜੇ ਸੈਟਅਪ ਰੈਡੀ ਨਹੀਂ ਹੋਇਆ, ਆ ਦੇਖੋ ਹਜੇ ਲੱਗੀ ਜਾਂਦਾ ਗਾ, ਅਤੇ ਉੱਧਰ ਵੇਟਰਾਂ ਦੀ ਕਲਾਸ ਲੱਗੀ ਹੋਈ ਆ ਸਾਰਿਆਂ ਦੀ ਕਿ ਬਈ ਤੁਸੀਂ ਆਹ ਕੁਛ ਕਰਨਾ ਆਹ ਨਹੀਂ ਕਰਨਾ, ਸਾਰੇ ਭਰਾਵਾਂ ਦਾ ਕੰਮ ਸਮਝਾਈ ਜਾਂਦੇ ਆ ਉਹ, ਅਤੇ ਆਪਾਂ ਕਿਉਂਕਿ ਅਸੀਂ ਸਵੇਰੇ ਸਵੇਰੇ ਕਿਉਂਕਿ ਅਸੀਂ ਸਵੇਰੇ ਸਵੇਰੇ ਜਦੋਂ ਵੀ ਮਸਤ ਹੋਣਾ ਸੈੱਟ ਨਿਕਲਦੇ ਹੁੰਦੇ ਆ ਉਦੋਂ ਅਸੀਂ ਦੇਖ ਜ਼ਰੂਰ ਕਰਾਉਂਦੇ ਹੁੰਦੇ ਹਾਂ, ਰੋਹਿਤ ਉੱਧਰ ਹੀ ਕਰਦੇ ਸੈਟਿੰਗ, ਉੱਥੇ ਬੈਠਾਂਗੇ ਆਪਾਂ, ਅਸੀਂ 3 ਦਿਨ ਤੋਂ ਲਗਾਤਾਰ ਇਸੇ ਪੈਲਸ ਦੇ ਵਿੱਚ ਹਾਂ ਪਾਮ ਕਲਾਸਿਕ, ਅੱਜ ਇੱਕ ਕੁੜੀ ਦੀ ਮੈਂ ਵਿਸ਼ ਪੂਰੀ ਕੀਤੀ ਆ, ਉਹਨਾਂ ਨੇ ਕਿਹਾ ਸੀ ਮੈਨੂੰ ਕਿ ਤੁਸੀਂ ਪੈਲਸ ਦਾ ਨੇਮ ਜ਼ਰੂਰ ਦੱਸਿਆ ਕਰੋ, ਅਤੇ ਮੈਂ ਅੱਜ ਦੱਸਤਾ ਪਾਮ ਕਲਾਸਿਕ, ਅਸੀਂ 3 ਦਿਨਾਂ ਤੋਂ ਇਸੇ ਪੈਲਸ 'ਚ, ਓਹੋ ਅਤੇ ਇੱਧਰ ਚੱਲ ਰਹੀ ਹੈ ਬੈਠਣ ਦੀ ਸੈਟਿੰਗ ਜਿੱਥੇ ਅਸੀਂ ਕੱਲ੍ਹ ਬੈਠੇ ਸੀ, ਅੱਜ ਵੀ ਅਸੀਂ ਉੱਥੇ ਹੀ ਬਹਿਣਾ ਗਾ, ਹਾਂ ਭਾਈ ਇਹ ਪੈਲਸ ਹੋ ਗਿਆ ਹੁਣ ਸਾਡਾ ਕਿਉਂਕਿ ਅਸੀਂ ਡੇਲੀ ਇੱਥੇ ਆ ਰਹੇ ਹਾਂ, ਇੱਥੇ ਦੇ ਜਿਹੜੇ ਲੇਬਰ ਆ ਕੰਮ ਵਾਲੀ ਉਹ ਵੀ ਪਛਾਣਨ ਲੱਗ ਗਏ, ਕਹਿੰਦੇ ਤੁਸੀਂ ਤਾਂ ਇੱਥੇ ਨਹੀਂ ਆਉਂਦੇ 2-3 ਦਿਨ ਤੋਂ ਰੈਗੂਲਰ ਇੱਥੇ ਆ ਰਹੇ ਹੋ, ਮੈਂ ਕਹਾਂ ਦੀ ਅਸੀਂ ਹਾਂ, ਅਤੇ 1.5 ਘੰਟੇ ਤੋਂ ਬੈਠੇ ਹਾਂ, ਸੁਸਤੀ ਜੀ ਆ ਗਈ ਆ, ਕੋਫੀ ਵਗੈਰਾ ਵੈਸੇ ਅਸੀਂ ਪੀ ਲਈ, ਲੇਕਿਨ ਹੁਣ ਬੈਠਣ ਦੀ ਕਰ ਰਹੇ ਹਾਂ ਸੈਟਿੰਗ ਕਿਉਂਕਿ ਹੋ ਜਾਈਏ ਫਟਾਫਟ ਰੈਡੀ, ਨਹੀਂ ਤਾਂ ਹੋ ਜਾਂਗੇ ਲਾਈਟ ਸ਼ੈਟ, ਲੱਗਿਆ ਪਿਆ ਆ ਬੀਟ ਚੇਅਰਸ, ਇੱਧਰ ਆ ਜਾਂਦੀ ਹਾਂ, ਰੱਬ ਨਾ ਮਾਰੇ ਮਰਦੇ ਨਹੀਂ ਹੋਈਏ ਰੈਡੀ ਛੜੀ ਡੇਂਟੀ ਟੈਂਸ਼ਨ ਚਾਲੂ ਕਰਦੇ ਆ, ਨਹੀਂ ਪੋਚਾ ਪੋਚਾ ਮਾਰ ਲਿਆ ਤੇ ਅਮੂ ਕੇ ਇੰਨਾ
You're mine for sure.